ਮੈਂ ਗੁਰਦੁਆਰਾ ਬਾਲਾ ਸਾਹਿਬ ਦਾ ਹੈੱਡ ਗ੍ਰੰਥੀ ਹਾਂ ਕੋਈ 2 ਮਹੀਨੇ ਤੋਂ ਜੀ। ਤੋਂ ਪਹਿਲਾਂ ਮੈਂ ਲੁਧਿਆਣੇ ਸੀ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੀ ਪ੍ਰਚਾਰ ਕਰ ਰਿਹਾ, ਗੁਰਦੁਆਰਾ ਜਨਕਪੁਰੀ ਅੰਗਦ ਦਰਬਾਰ ਦਾ ਮੈਂ ਹੈੱਡ ਗ੍ਰੰਥੀ ਸੀ। ਅਜਿਹਾ ਦੇਣ ਦਾ ਕਾਰਨ ਇਹ ਹੈ ਜੀ ਕਿ ਜਦੋਂ ਪੰਜਾਬ ਤੋਂ ਸਰਦਾਰ ਮਨਜੀਤ ਸਿੰਘ ਝਬਾਲ, ਮਨਜੀਤ ਸਿੰਘ ਚੰਨੀ, ਦਵਿੰਦਰ ਸਿੰਘ ਹਰੀਏਵਾਲ, ਜੋਗਿੰਦਰ ਸਿੰਘ ਫੌਜੀ, ਇਹਨਾਂ ਵੱਲੋਂ ਉੱਥੇ ਪ੍ਰਚਾਰ ਕੀਤਾ ਗਿਆ ਕਿ ਦਿੱਲੀ ਕਮੇਟੀ ਤਾਪ ਦੀ ਲੋੜ ਹੈ ਅਤੇ ਅਸੀਂ ਤੁਹਾਨੂੰ ਲੈ ਕੇ ਜਾਂਦੇ ਵੱਧ ਖਾਵਾਂ ਦਵਾਵਾਂਗੇ, ਪੱਕੇ ਕਰਵਾਵਾਂਗੇ। ਲਿਆਂਦਾ ਗਿਆ 9 ਤਰੀਕ ਨੂੰ ਜਦੋਂ ਅਸੀਂ ਗੁਰਬਾਲਾ ਸਾਹਿਬ ਪਹੁੰਚੇ ਤਾਂ ਸਾਡੇ ਹੱਥਾਂ ਲਵਾਰਾਂ 'ਤੇ ਲਾਠੀਆਂ ਫੜਾ ਦਿੱਤੀਆਂ ਗਈਆਂ। ਸਾਨੂੰ ਜਿਹੜੇ ਨੌਜਵਾਨ ਮੁੰਡੇ ਉਹਨਾਂ ਨੂੰ ਕਿਹਾ ਗਿਆ ਪੱਥਰ ਜਿਹੜੇ ਆ ਕੋਠੇ ਦੇ ਉੱਪਰ ਚੜਾਓ, ਤੇਜ਼ਾਬ ਦੀਆਂ ਬਾਲਟੀਆਂ ਉਹ ਰੱਖੋ। ਮਤਲਬ ਜਦੋਂ ਇਸ ਕੰਮ ਦਾ ਮਾਜਰਾ ਪੁੱਛਿਆ ਤਾਂ ਸਾਨੂੰ ਦੱਸਿਆ ਗਿਆ ਵੀ ਇੱਥੇ ਤੁਸੀਂ ਟਾਕ ਫੋਰ ਵਿੱਚ ਆਇਓ, ਔਰ ਚਾਹੇ ਲਾਂਗਰੀ ਗ੍ਰੰਥੀ ਆ ਚਾਹੇ ਆਮ ਬੰਦਾ, ਜਦੋਂ ਵੀ ਕੋਈ ਗੁਰਦੁਆਰਾ ਜਦੋਂ ਲੜਾਈ ਹੋਏਗੀ ਤੁਹਾਨੂੰ ਕਿਰਪਾਨਾ ਲੈ ਕੇ ਅੱਗੇ ਹੋਣਾ ਪਏਗਾ। ਤੋ ਇਹਦੇ ਬਾਵਜੂਦ ਵੀ ਅਸੀਂ ਉੱਥੇ ਫਿਰ ਬਿਠੇ, ਪਰ ਜਦੋਂ ਗੁਰਮਰਿਆਦਾ ਦੇ ਉਲਟ ਗੱਲਾਂ ਹੋਣ, ਜਦੋਂ ਸਾਨੂੰ ਨੌਜਵਾਨਾਂ ਨੂੰ ਇਹ ਵੀ ਤੁਸੀਂ ਜਿਹੜਾ ਵੀ ਇੱਥੇ ਬੰਦਾ ਆਉਂਦਾ, ਜਿਵੇਂ ਜਥੇਦਾਰ ਕੁਲਦੀਪ ਸਿੰਘ ਭੋਗਲ ਨੇ ਜਾਂ ਮਰਵਾਹ ਆਉਂਦਾ, ਸਾਨੂੰ ਨਹੀਂ ਪਤਾ ਇਹਨਾਂ ਦੀ ਕੀ ਨਿੱਜੀ ਦੁਸ਼ਮਣੀ, ਸਾਨੂੰ ਨਹੀਂ ਪਤਾ, ਪਰ ਸਾਨੂੰ ਕਿਹਾ ਗਿਆ ਕਿ ਮਨਜੀਤ ਸਿੰਘ ਝਬਾਲ, ਚਰਨਜੀਤ ਸਿੰਘ ਵੱਲੋਂ ਅਤੇ ਦਵਿੰਦਰ ਸਿੰਘ ਹਰੀਏਵਾਲ ਵੱਲੋਂ ਵੀ ਇਹਨਾਂ ਗੱਲਾਂ ਆਉਣੀਆਂ ਨੇ। ਜਦੋਂ ਅਜਿਹੀ ਨੌਜਵਾਨਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ, ਇਹਨਾਂ ਨੇ ਕੁਝ ਨੌਜਵਾਨਾਂ ਨੂੰ 4 ਅਪ੍ਰੈਲ ਨੂੰ 1 ਅਪ੍ਰੈਲ ਨੂੰ ਇਹਨਾਂ ਨੇ 16 ਦਾ ਨੌਜਵਾਨ ਲੜਕਾ ਕੁਆਟਰਾਂ 'ਚ ਰਹਿਣ ਵਾਲਾ ਸੀ ਉਹਨਾਂ ਨੂੰ 20 ਆਦਮੀਆਂ ਨੇ ਕੁਝ ਬੰਦਿਆਂ ਨੇ ਜਦੋਂ ਸਾਡੇ ਨੇ ਵਿਰੋਧ ਕੀਤਾ, ਨਹੀਂ ਸੀ ਕਰਨਾ ਚਾਹੀਦਾ, ਤਾਂ 4 ਤਰੀਕ ਮਰਵਾ ਉਸ ਬੱਚੇ ਦਾ ਪਤਾ ਲੈਣ ਆਇਆ ਝਬਾਲ। ਉਹਨਾਂ ਨੇ ਉਹਨਾਂ ਨੌਜਵਾਨਾਂ ਨੂੰ ਕਿਹਾ ਤੁਸੀਂ ਇਹਦੀ ਪੱਗ ਲਾ ਕੇ ਲਿਆਓ, ਉਹਨਾਂ ਨੇ ਪੱਗ ਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਰਾਤ ਕੋਈ 11 ਵਜੇ ਇੰਸਟੀਚਿਊਟ ਵਿੱਚ ਉੱਤਾ ਗਿਆ। ਜਦੋਂ ਉਹਨਾਂ ਨੂੰ ਕੱਢਿਆ ਗਿਆ ਉਹਨਾਂ ਕੋਲ ਕੋਈ ਪੈਸਾ ਨਹੀਂ ਸੀ, ਉਹਨਾਂ ਨੇ ਰਾਤ ਨਿਜ਼ਾਮੂਦੀਨ ਹੋਟਲ 'ਤੇ ਆਪਣਾ ਸਟੇਸ਼ਨ 'ਤੇ ਰਾਤ ਕੱਟੀ ਹੈ। ਉਸ ਤੋਂ ਬਾਅਦ ਕਿਰਾਇਆ ਕਿਸੇ ਕੋਲੋਂ ਲੈ ਕੇ ਵਿਚਾਰੇ ਪੰਜਾਬ ਗਏ ਨੇ, ਉਹਨਾਂ ਦੀਆਂ ਥਾਵਾਂ 1.5 ਮਹੀਨੇ ਦੀਆਂ ਜਿਹੜੀਆਂ ਉਹ ਇਹਨਾਂ ਨੇ ਖਾ ਲਈਆਂ ਨੇ ਇਹਨਾਂ ਨੇ। ਇਸ ਦੇ ਬਾਵਜੂਦ ਵੀ 27 ਅਪ੍ਰੈਲ ਨੂੰ ਜਿਸ ਸਮੇਂ ਸਰਦਾਰ ਜਥੇਦਾਰ ਭੋਗਲ, ਕੁਲਦੀਪ ਭੋਗਲ PTC ਨਿਊਜ਼ ਦੀ ਟੀਮ ਦੇ ਨਾਲ, DD ਟੀਮ ਦੇ ਨਾਲ ਆਪਣਾ ਪਹੁੰਚੇ ਨੇ, ਇਹਨਾਂ ਨੇ ਉਹਨਾਂ ਦੇ ਉੱਤੇ ਤਲਵਾਰਾਂ ਦੇ ਨਾਲ ਜਿਹੜਾ ਮਾਰੂ ਹਮਲਾ ਕੀਤਾ ਹੈ। ਤੋ ਉਸ ਦੇ ਬਾਵਜੂਦ ਜਿਹੜੇ ਇਹਨਾਂ ਦੇ ਟਾਕ ਫੋਰਸ ਦੇ ਜਵਾਨ ਸੀ ਉਹਨਾਂ ਨੇ ਗ੍ਰੰਥੀ ਤਾਬਿਆ ਬੈਠੇ ਸੀ, ਉਹਨਾਂ ਨੂੰ ਠਾਲ ਕੇ ਆਪ ਤਾਬਿਆ ਬੈਠੇ ਸੀ, ਪਰ ਅੱਧ 'ਤੇ ਵੀ ਇਹਨਾਂ ਦੇ ਟਾਕ ਫੋਰਸ ਦੇ ਬੰਦੇ ਸੀ। ਪਰ ਜਿਵੇਂ ਜਥੇਦਾਰ ਭੋਗਲ ਦੇ ਉੱਤੇ ਮਾਰੂ ਹਮਲਾ ਕੀਤਾ ਗਿਆ, ਇਹਦੀ ਤਾਬਿਆਂ ਨੂੰ ਅਤੇ ਪ੍ਰਸ਼ਾਦ ਨੂੰ ਖਾਲੀ ਛੱਡ ਦਿੱਤਾ ਗਿਆ, ਔਰ ਇਹਨਾਂ ਨੇ ਕਿਰਪਾਨਾ ਲੈ ਕੇ ਉੱਧਰ ਚਲੇ ਗਏ, ਗੁਰੂ ਦੀ ਮਾਤਾ ਕੋਈ ਖਿਆਲ ਨਹੀਂ ਰੱਖਿਆ ਗਿਆ। ਤੋ ਜੇ ਕੋਈ ਖਾਣ ਆਉਂਦਾ ਤਾਂ ਉਹਨੂੰ ਵੀ ਮਤਲਬ ਉੱਥੇ ਜਿਹੜਾ ਕੁੱਟਿਆ ਜਾਂਦਾ ਹੈ। ਜਿਹੜੇ ਸਾਡੇ ਧਰਮ ਤੋਂ ਗੈਰ ਧਰਮੀ ਲੋਕ ਨੇ ਜਿਹਨਾਂ ਨੂੰ ਜ਼ਿਆਦਾ ਤਾਂ ਨਹੀਂ ਪਤਾ, ਉਹਨਾਂ ਨੂੰ ਪਿਆਰ ਨਾਲ ਸਮਝਾਉਣ ਦੀ, ਜਿਹਨਾਂ ਨੂੰ ਡਾਂਗਾਂ ਅਤੇ ਸੋਟਿਆਂ ਦੇ ਨਾਲ ਕੁੱਟਿਆ ਜਾਂਦਾ ਇਹਨਾਂ ਵੱਲੋਂ, ਸਾਨੂੰ ਇਹ ਲੈ ਕੇ ਕਹਿ ਕੇ ਲਿਆਉਂਦਾ ਇਹਨਾਂ ਵੱਲੋਂ ਜੀ ਦਿੱਲੀ ਕਮੇਟੀ ਨੂੰ ਸਟਾਫ ਦੀ ਲੋੜ ਹੈ। ਅਤੇ ਉਸ ਸਮੇਂ ਇਹਨਾਂ ਨੇ ਕਿਹਾ ਜੀ ਤੁਹਾਨੂੰ ਪੱਕੇ ਵੀ ਕਰਾਵਾਂਗੇ ਅਤੇ 22 ਵਜੇ ਤੁਹਾਨੂੰ ਤਨਖਾਹਾਂ ਦਵਾਵਾਂਗੇ। ਇਸ ਉਦੋਂ ਇਹਨਾਂ ਨੇ ਕਿਹਾ ਸੀ ਅਸੀਂ ਤੁਹਾਨੂੰ ਦੱਸਦਾ 15-15 ਹਜ਼ਾਰ ਤਨਖਾਵਾਂਗੇ ਜੀ, ਇੱਥੇ 9.5-9 ਹਜ਼ਾਰ ਰੁਪਈਆ ਤਨਖਾਹ ਦਿੱਤੀ ਗਈ, ਪੂਰੀ ਨਹੀਂ, ਜਿੰਨੀਆਂ ਅਸੀਂ ਛੁੱਟੀਆਂ ਕਰਦੇ ਹਾਂ ਉਹਦੇ ਵਿੱਚੋਂ ਲੈ ਜਾਂਦੇ ਨੇ ਪੈਸੇ, ਕਿਸੇ ਨੂੰ 4 ਹਜ਼ਾਰ ਦਿੱਤਾ ਜਾਂਦਾ, ਕਿਸੇ ਨੂੰ 5 ਹਜ਼ਾਰ, ਨੂੰ 6 ਹਜ਼ਾਰ, ਅਤੇ ਇਸ ਬੇਸ 'ਤੇ ਤਨਖਾਵਾਂ ਦਿੱਤੀਆਂ ਗਈਆਂ ਨੇ ਇਹਨਾਂ ਵੱਲੋਂ। ਅਤੇ ਨਾਲ ਦੀ ਨਾਲ ਹੀ ਇਹਨੇ ਨੌਜਵਾਨ ਬੱਚੇ ਜਿਹੜੇ ਨੇ ਉਹਨੂੰ ਗੁੰਮਰਾਹ ਕਰਕੇ ਪੰਜਾਬ ਤੋਂ ਲਿਆ। ਤੋਂ ਬੜੇ ਦੁੱਖ ਦੀ ਗੱਲ ਹੈ ਵੀ ਜਿਨ੍ਹਾਂ ਬੱਚਿਆਂ ਹੱਥ ਵਿੱਚ ਗੁਰਮਤ ਨਾਲ ਸੰਬੰਧਿਤ ਲਿਟਰੇਚਰ ਚਾਹੀਦਾ, ਜਿਨ੍ਹਾਂ ਬੱਚਿਆਂ ਦੇ ਹੱਥਾਂ ਵਿੱਚ ਭਵਿੱਖ ਨੂੰ ਬਣਾਉਣ ਵਾਸਤੇ ਕਿਤਾਬਾਂ ਚਾਹੀਦੀਆਂ ਨੇ, ਇਹਨਾਂ ਮਾਫੀਆ ਰਾਜ ਦੇ ਸਰਦਾਰ ਚਰਨਜੀਤ ਸਿੰਘ ਨੀ ਝਬਾਲ ਹੋਣਾ ਵੱਲੋਂ ਉਹਨਾਂ ਦੇ ਹੱਥਾਂ ਵਿੱਚ ਨੰਗੀਆਂ ਤਲਵਾਰਾਂ 'ਤੇ ਲਫੜਾ ਕੇ ਉਹਨਾਂ ਨੂੰ ਜ਼ੁਲਮ ਵੱਲ ਤੋਰਿਆ ਜਾ ਰਿਹਾ। ਇਹ ਪੰਜਾਬ ਵਿੱਚ ਜਿਹੜੇ ਨੇ ਹਿਸਟਰੀ ਸੀਟਰ ਬੰਦੇ ਨੇ ਜਿਨ੍ਹਾਂ ਦੇ ਉੱਤੇ ਤਕਰੀਬਨ 2-3 ਕੇਸ ਚੱਲ ਰਹੇ ਨੇ, ਇਹਨਾਂ ਵੱਲੋਂ ਬੱਚਿਆਂ ਨੂੰ ਵਰਗਲਾ ਕੇ ਇੱਥੇ ਜਿਹੜਾ ਲਿਆਂਦਾ ਜਾ ਰਿਹਾ, ਔਰ ਇੱਥੇ ਇਹਨਾਂ ਦੇ ਹੱਥਾਂ 'ਚ ਤਲਵਾਰਾਂ ਬਣਾ ਜਾ ਰਹੇ, ਇਹਨਾਂ ਨੇ ਇਹਨਾਂ ਦੇ ਭਵਿੱਖ ਨੂੰ ਧੁੰਦਲਾ ਕੀਤਾ ਜਾ ਰਿਹਾ ਬੱਚਿਆਂ ਦੇ। ਪੰਜਾਬ ਤੋਂ ਕੋਈ ਇਹਨਾਂ ਨੇ 70-80 ਬੱਚੇ ਜਿਹੜੇ ਬੰਦੇ ਲਿਆਂਦੇ ਸੀ, ਜਿਨ੍ਹਾਂ ਵਿੱਚ ਸਿਆਣੇ ਲੋਕ ਜਿਹੜੇ ਸੀ ਉਹ ਚਲੇ ਗਏ ਸੀਗੇ, ਕੁਝ ਇਹਨਾਂ ਨੇ ਕੱਢ ਦਿੱਤੇ ਜਿਹੜੇ ਇਹਨਾਂ ਦਾ ਵਿਰੋਧ ਕਰਦੇ ਸੀ। ਤੋ ਹੁਣ ਜਿਹੜੇ ਤਕਰੀਬਨ ਇਸ ਵੇਲੇ ਛੋਟੀ ਛੋਟੀ 18-18 ਸਾਲ ਦੇ ਉਮਰ ਦੇ ਬੱਚੇ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਅਸੀਂ ਕਿਸ ਮਕਸਦ ਵਾਸਤੇ ਇੱਥੇ ਆਏ, ਪਰ ਉਹਨਾਂ ਦੀ ਬੇਰੁਜ਼ਗਾਰੀ ਦਾ ਫਾਇਦਾ ਉੱਠ ਕੇ ਦੁਰਉਪਯੋਗ ਇਹਨਾਂ ਮਾਫੀਆ ਰਾਜ ਵੱਲੋਂ ਕੀਤਾ ਗਿਆ ਇਹਨਾਂ ਬੰਦਿਆਂ ਵੱਲੋਂ। ਅਤੇ ਇਸ ਦੁਖੀ ਹੋ ਕੇ ਸਾਡੇ ਮਨ ਨੇ ਵੀ ਇਹ ਜ਼ਮੀਰ ਜਿਹੜੀ ਹੈ, ਸਾਡੇ ਨੌਜਵਾਨ ਹੀ ਇੱਕ ਦੂਜੇ ਦੀਆਂ ਪੱਗਾਂ ਲਾਉਣ ਵਾਸਤੇ ਸਾਨੂੰ ਪ੍ਰੇਰ ਰਹੇ ਨੇ। ਇੱਕ ਪਾਸੇ ਅਸੀਂ ਫਰਾਂਸ ਵਿੱਚ ਦੀ ਲੜਾਈ ਲੜ ਰਹੇ ਹਾਂ, ਇੱਕ ਪਾਸੇ ਕੋਈ ਹਵਾਈ ਅੱਡਿਆਂ 'ਤੇ ਪੱਗ ਦੀ ਤਲਾਸ਼ੀ ਲੈਂਦਾ ਸਾਨੂੰ ਦੁੱਖ ਹੁੰਦਾ ਹੈ, ਇੱਕ ਪਾਸੇ ਹਵਾਲ 'ਤੇ ਚਰਨਜੀਤ ਸਿੰਘ ਚੰਨੀ ਵਰਗੇ, ਦਵਿੰਦਰ ਹਰੀਏ ਵਰਗੇ ਜਿਹੜੇ ਕਿ ਖਾਲਸਾ ਪੰਚਾਇਤ ਦੇ ਆਗੂ ਖਵਾਏ ਨੇ, ਸਾਨੂੰ ਗੁਰਦੁਆਰਿਆਂ ਵਿੱਚ ਹੀ ਆਏ ਸਿੱਖਾਂ ਦਾ ਲਾਉਣ ਵਾਸਤੇ ਕਹਿ ਰਹੇ ਨੇ, ਇਹ ਦੱਸੋ ਕਿਹੜੀ ਮਰਿਆਦਾ। ਮੈਂ ਤਿਆਗ ਪੱਤਰ ਦਿੱਲੀ ਕਮੇਟੀ ਦੇ ਪ੍ਰੈਜ਼ੀਡੈਂਟ ਸਾਹਿਬ ਨੂੰ ਪੋਸਟ ਆਫ ਰਾਹੀਂ, ਸਪੀਡ ਪੋਸਟ ਰਾਹੀਂ ਭੇਜ ਦਿੱਤਾ ਹੈ। ਇਹਨਾਂ ਬੰਦਿਆਂ ਨੂੰ ਮੈਂ ਫੋਨ 'ਤੇ ਕਾਲ ਕਰਕੇ ਚੰਨੀ ਹੋਣਾ ਨੂੰ ਵੀ ਇਨਫੋਰਮੇਸ਼ਨ ਦਿੱਤੀ ਕਿ ਮੈਂ ਆਪਣੇ ਪਦ ਅਸਤੀਫਾ ਦੇ ਰਿਹਾ, ਔਰ ਮੇਰਾ ਮਨ ਜਿਹੜਾ ਦੁਖੀ ਹੈ। ਗੁਰੂ ਦਾਦਾ ਦੇ ਇੱਥੇ ਕਾਣ ਕੀਤਾ ਜਾ ਰਿਹਾ, ਜੇ ਪੱਗਾਂ ਲਾਉਣੀ ਮਰਿਆਦਾ ਹੈ
ਤਾਂ ਫਿਰ ਆਪਾਂ ਇਹੋ ਜਿਹੀ ਮਰਿਆਦਾ ਨੂੰ ਉੱਥੋਂ ਤਕਰੀਬਨ 10 ਲੋਕ ਜਿਹੜੇ ਨੇ ਨਿਕਲ ਕੇ ਆਏ ਹੋਏ ਆ ਜੋ ਇਹਨਾਂ ਦੀਆਂ ਗੱਲਾਂ ਨਹੀਂ ਮੰਨਦੇ। ਸਾਡਾ ਇਹੀ ਹੈ ਕਿ ਮੈਂ ਤਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਲਈ ਪੰਜਾਬ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਨੂੰ ਕਰਦੇ ਹਾਂ ਕਿ ਜਿਹੜੇ ਇਹ ਮਾਫੀਆ ਰਾਜ ਚਲਾਉਣ ਵਾਲੇ ਬੰਦੇ ਬੱਚਿਆਂ ਨੂੰ ਗੁੰਮਰਾਹ ਕਰਕੇ ਪੰਜਾਬ 'ਚੋਂ ਇਹ ਜ਼ੁਲਮ ਦੀ ਅੱਗ ਵਿੱਚ ਧੱਕ ਰਹੇ ਨੇ, ਅਤੇ ਇਹਨਾਂ ਦੇ ਬੱਚਿਆਂ ਨੂੰ ਗੁੰਮਰਾਹ ਕਰਨ ਦਾ ਕੇਸ ਚਲਾਇਆ ਜਾਵੇ ਔਰ ਇਹਨਾਂ ਦੇ ਉੱਤੇ ਇਹਨਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਇਹ ਲੋਕ ਪੰਜਾਬ ਅਤੇ ਪੰਜਾਬ ਤੋਂ ਬਾਹਰ ਹੋਲ ਨੂੰ ਨਾ ਵਿਗੜਾਉਣ। ਜੋ ਸਾਡੀ ਨੌਜਵਾਨ ਪੀੜ੍ਹੀ ਹੈ ਉਹਨੂੰ ਗੁੰਮਰਾਹ ਕੀਤਾ ਜਾ ਰਿਹਾ, ਉਹਨੂੰ ਨਾ ਕੀਤਾ ਜਾਣ ਬੇਨਤੀ ਕਰਦਾ ਆਪਣੀ ਸਰਕਾਰ ਨੂੰ, ਪੰਜਾਬ ਸਰਕਾਰ ਵੀ ਇਹਨਾਂ ਬੰਦਿਆਂ ਦੇ ਉੱਤੇ ਨੱਥ ਪਾਈ ਜਾਵੇ ਅਤੇ ਨੌਜਵਾਨ ਉਹਨਾਂ ਦੇ ਭਵਿੱਖ ਨੂੰ ਸ਼ੁੱਭ ਬਣਾਇਆ ਜਾਵੇ, ਇਸ ਬਣਾਇਆ ਜਾਵੇ ਜਿਨ੍ਹਾਂ ਹੱਥਾਂ ਵਿੱਚ ਤਲਵਾਰਾਂ ਹੈ ਅੱਜ ਉਹਨਾਂ ਨੂੰ ਗੁਰਮਤਿ ਦਾ ਲਿਟਰੇਚਰ ਫੜਾਉਣ ਦੀ ਲੋੜ ਹੈ ਤਲਵਾਰਾਂ, ਕਿਉਂਕਿ ਸਿੱਖ ਹੀ ਸਿੱਖ ਦੀ ਪਾਵੇ ਇਹ ਕਿਸੇ ਵੀ ਤਰ੍ਹਾਂ ਜਿਹੜੀ ਹੈ ਸਾਡੀ ਗੁਰਮਤਿ ਕੋਡ ਆਫ ਕੰਟੈਕਟ ਸਾਨੂੰ ਜਿਹੜੀ ਹੈ ਇਜਾਜ਼ਤ ਨਹੀਂ ਦੇ। ਹੁਣ ਇਸੇ ਮੈਨੂੰ ਲੈ ਕੇ ਅਸੀਂ ਜਿੰਨੇ ਵੀ ਨੌਜਵਾਨ ਆ ਮੇਰੇ ਨਾਲ ਨੇ, ਅਸੀਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਹੁਣਾਂ ਨੂੰ ਮਿਲੇ ਵੀ ਉਹਨਾਂ ਨਾਲ ਇਸ ਮਸਲੇ 'ਤੇ ਗੱਲ ਕਰਾਂਗੇ ਵੀ ਜਿਹੜੀ ਆਪਦੀ ਨੌਜਵਾਨ ਪੀੜ੍ਹੀ ਹੈ ਜਿਹਨੂੰ ਗੁੰਮਰਾਹ ਕਰਕੇ ਇਹਨਾਂ ਵੱਲੋਂ ਆਪਣੇ ਸਵਾਰਥ ਦੀ ਖਾਤਰ, ਪੈਸੇ ਅਤੇ ਝੂਠੀਆਂ ਸ਼ੋਹਰਤਾਂ ਦੀ ਖਾਤਰ ਦਿੱਲੀ ਲਿਜਾਇਆ ਗਿਆ, ਉਹਨਾਂ ਨੂੰ ਵਾਪਸ ਬੁਲਾਇਆ ਜਾਵੇ ਔਰ ਇਹਨਾਂ ਬੰਦਿਆਂ ਦੇ ਉੱਤੇ ਜਿਹੜਾ ਉਹ ਮੁਕੱਦਮਾ ਚਲਾਇਆ ਜਾਵੇ ਔਰ ਜੋ ਪੱਗਾਂ ਲਾਉਣ ਦੀ ਗੁਰਮਰਿਆਦਾ ਦੀ ਇਹ ਆਪਣਾ ਪੱਗਾਂ ਲਾਉਣ ਗਰਾਮੀ ਭਰੀਆਂ ਗੱਲਾਂ ਕਰ ਰਹੇ ਇਹਨਾਂ ਬੰਦਿਆਂ ਨੂੰ ਕਾਲ ਤਖ਼ਤ ਸੱਦ ਕੇ ਤਲਬ ਕੀਤਾ ਜਾਵੇ, ਪੁੱਛਿਆ ਜਾਵੇ ਵੀ ਪੱਗ ਲਾਉਣੀ ਕੀ ਸਿੱਖ ਪਰਤੈਜ ਹੈ, ਕੀ ਖਾਲਸਾ ਪੰਚਾਇਤ ਦਾ ਕੰਮ ਲੋਕਾਂ ਦੀਆਂ ਪੱਗਣਾ ਹੈ।